वाहेगुरु जी का खालसा, वाहेगुरु जी की फतेह। जय शंकर, जय नाग देवता। दोस्तों, आप जी की सेवा दे विच मैं पट्टी वाला तुहाडा अपना दोस्त नाग के भाई स्पेस बिल्कुल नहीं देनी। मेरा यूट्यूब का चैनल है, सारे मेरे दोस्तों का यूट्यूब चैनल पर स्वागत है। दोस्तों, अज असी तुहानू सप दिखा रहे, एक जहर वाला एक बिना जहर वाला, सेम इको क्वालिटी के सप आ। अज असी तुहानू मनके दी, गिद्दड़ सिंगी दी, हाथ चोड़ी दी, अखां च पाउण वाले दारू दी, हर एक चीज की प्रोपर जानकारी देवांगे। वीडियो लाइक शेयर कमेंट करियो, किसी का भला हो जाए। दोस्तों, आपां गल करदे हां सब तो पहले इस सप की। देखो, इस सप नूं कहिंदे आ स्पैक्टिकल कोबरा। जोगी इस सप नूं कहिंदे आ सप पदम तों चुक्कण नहीं दिंदा कदम। पदम सप कोई नहीं हुंदा, सिर्फ एक फनियर सप दा छोटा बच्चा वा। ਇਹ ਸੱਪ ਲੜੇ ਦੋਸਤੋ, ਕੋਈ ਹਕੀਮ ਵੈਦ ਜੋਗੀ ਮਣਕਾ ਨਾਜ਼ਾ 200 ਕੰਮ ਨਹੀਂ ਜਾਣੀ। ਜਿਹੜਾ ਵੀ ਇਹ ਸੱਪ ਲੜੇ ਤੇ ਦੇਸੀ ਦਵਾਈ ਦੇ ਕਾਰਜ ਚੱਕਰ ਚ ਪੈ ਗਿਆ, ਉਹਦਾ ਮਰਨਾ ਤੈਅ ਵਾ। ਇਹ 40-50 ਮਿੰਟ ਦਿੰਦਾ ਸਿਰਫ। ਤੇ ਦੋਸਤੋ, ਹੁਣ ਇਹ ਸੱਪ ਛੱਡਿਆ, ਹੁਣ ਮੈਂ ਤੁਹਾਨੂੰ ਉਹ ਸੱਪ ਵਿਖਾਉਣਾ ਜਿਹੜੇ ਲੜੇ ਦੇ ਉੱਤੇ ਮਣਕਾ ਕੰਮ ਕਰਦਾ। ਉਹ ਕਿਹੜੀ ਨਸਲ ਦਾ ਸੱਪ ਆ, ਮਣਕਾ ਕੀ ਚੀਜ਼ ਹੁੰਦੀ ਆ, ਮੈਂ ਤੁਹਾਨੂੰ ਸਭ ਕੁਝ ਦਿਖਾਉਣਾ। ਪਹਿਲਾਂ ਅਸੀਂ ਇਹ ਸੱਪ ਨੂੰ ਰਿਲੀਜ਼ ਕਰ ਦਈਏ। ਦੋਸਤੋ, ਹੁਣ ਮੈਂ ਤੁਹਾਨੂੰ ਸੱਪ ਵਿਖਾਉਣਾ ਬਿਨਾ ਜ਼ਹਿਰ ਵਾਲਾ। ਦੇਖੋ, ਉਹ ਸੱਪ ਨੂੰ ਮੈਂ ਹੱਥ ਨਹੀਂ ਲਾਇਆ, ਪਰ ਇਹ ਸੱਪ ਨੂੰ ਮੈਂ ਹੱਥਾਂ ਦੇ ਵਿੱਚ ਫੜੀ ਫਿਰਦਾ ਵਾਂ। ਸਿਰਫ ਉਹ ਸਿਰਫ ਮੈਨੂੰ ਇਸ ਚੀਜ਼ ਦੀ ਇੱਕ ਪ੍ਰੋਪਰ ਸਹੀ ਜਾਣਕਾਰੀ ਆ। ਇਹ ਸੱਪ ਨੂੰ ਰੈਡਸ ਨਹੀਂ ਕਹਿੰਦੇ, ਇਹਦੇ ਵਿੱਚ ਜ਼ਹਿਰ ਨਹੀਂ ਹੈਗਾ। ਇਹ ਲਗਭਗ 8-9-10 ਫੁੱਟ ਤੱਕ ਵੀ ਹੋ ਜਾਂਦੇ ਆ। ਹੱਥ ਦੇ ਅੰਗੂਠੇ ਅਰਗਾ ਰਿਹਾ ਮੂੰਹ ਹੁੰਦਾ ਵਾ। ਦੋਸਤੋ, ਇਹ ਸੱਪ 'ਚ ਜ਼ਹਿਰ ਨਹੀਂ ਹੈਗਾ। ਅੱਜ ਮੈਂ ਤੁਹਾਨੂੰ ਮਣਕਾ ਵੀ ਦਿਖਾਊਂਗਾ, ਤੁਹਾਨੂੰ ਗਿੱਦੜ ਸਿੰਘੀਆਂ ਵੀ ਦਿਖਾਊਂਗਾ, ਤੁਹਾਨੂੰ ਸਾਰਾ ਕੁਝ ਦਿਖਾਊਂਗਾ। ਜੇ ਪਹਿਲਾਂ ਸੱਪ ਕਿਸੇ ਨੂੰ ਬਾਈਟ ਕਰਦਾ ਜਿਹੜਾ ਤੁਹਾਨੂੰ ਦਿਖਾਇਆ, ਤੁਸੀਂ ਦੇਸੀ ਦਵਾਈ ਦੇ ਚੱਕਰ 'ਚ ਪੈ ਗਏ, ਮਰਨਾ ਤੈਅ ਵਾ। ਇਹ ਸੱਪ ਲੜੇ ਦੇ ਉੱਤੇ ਭਾਵੇਂ ਕੋਈ 1 ਰੁਪਈਏ ਦਾ ਵੀ ਟ੍ਰੀਟਮੈਂਟ ਨਾ ਕਰਾਏ, ਸੱਪ 'ਚ ਜ਼ਹਿਰ ਨਹੀਂ ਹੈਗਾ। ਪਰ ਤੁਸੀਂ ਇਹ ਗੱਲਾਂ ਦੇ ਮਗਰ ਨਹੀਂ ਜਾਣਾ, ਸਿਰਫ ਉਹ ਸਿਰਫ ਸੱਪ ਲੜੇ ਤੇ ਤੁਸੀਂ ਇੱਕ ਡਾਕਟਰ ਕੋਲ ਜਾਣਾ। ਤੇ ਹੁਣ ਦੋਸਤੋ, ਇਹ ਸੱਪ ਮੈਂ ਛੱਡ ਰਿਹਾ ਜੀ। ਦੋਸਤੋ, ਜਿੱਦਾਂ ਕਿ ਦੱਸਿਆ, ਇਹ ਸੱਪ 'ਚ ਜ਼ਹਿਰ ਨਹੀਂ ਹੈਗਾ। ਹੁਣ ਤੁਹਾਨੂੰ ਦਿਖਾਉਂਦੇ ਆ ਮਣਕੇ ਦੀ ਸੱਚਾਈ ਤੇ ਮਣਕਾ ਕੀ ਹੁੰਦਾ ਵਾ। ਆ ਜਾਓ ਦੋਸਤੋ, ਹੁਣ ਤੁਹਾਨੂੰ ਸੱਪ ਜਾਂਦਾ ਦਿਖਾਤਾ। ਦੋਸਤੋ, ਹੁਣ ਤੁਹਾਨੂੰ ਮਣਕਾ ਗਿੱਦੜ ਸਿੰਘ ਆ ਹੱਥ ਜੋੜੀ ਦੀ ਸੱਚਾਈ ਵਿਖਾਉਂਦੇ ਆ। ਸਭ ਤੋਂ ਪਹਿਲਾਂ ਆ ਸਮਝੋ ਕਿ ਪੰਜਾਬ 'ਚ ਕਿੰਨੇ ਸੱਪ ਚਰੀਲੇ ਆ। ਸਭ ਤੋਂ ਪਹਿਲਾਂ ਸੱਪ ਰਸਲ ਵਾਈਪਰ, ਇਹ ਪੰਜਾਬ 'ਚ ਬਹੁਤ ਘੱਟ ਮਿਲਦਾ, ਇਹਨੂੰ ਇੱਕ ਸਾਈਡ 'ਤੇ ਕਰ ਦਿਓ। ਦੂਸਰੇ ਨੰਬਰ 'ਤੇ ਕਰੈਤ ਸੱਪ, ਇਹ ਮੰਜੀ 'ਤੇ ਚੜ੍ਹ ਕੇ ਲੋਕਾਂ ਨੂੰ ਬਾਈਟ ਕਰਦਾ, ਇਹਦੀ ਸੁੱਤੇ ਪਏ ਦੰਦੀ ਦਾ ਹੀ ਨਹੀਂ ਪਤਾ ਲੱਗਦਾ। ਜਦੋਂ ਇਹ ਸੱਪ ਲੜਦਾ ਵਾ, ਸਭ ਤੋਂ ਪਹਿਲਾਂ ਤੁਹਾਡੇ ਸੰਘ ਦਾ ਸੁੱਕਣਾ। ਤੀਸਰੇ ਨੰਬਰ ਤੇ ਪੰਜਾਬ ਦਾ ਸੱਪ ਚਰੀਲਾ, ਜਿਹਨੂੰ ਕੋਈ ਸਪੈਕਟੀਕਲ ਕੋਬਰਾ ਫਨੀਅਰ ਨਾਗ ਕਹਿ ਦਿੰਦੇ ਆ। ਇਹ ਲੜਿਆ ਤੇ 40-50 ਮਿੰਟ ਦਾ ਟਾਈਮ ਆ, ਸਿਰਫ ਇੰਜੈਕਸ਼ਨ ਕੰਮ ਕਰਦੇ ਆ। ਦੋਸਤੋ, ਹੁਣ ਤੁਹਾਨੂੰ ਦਿਖਾਉਂਦੇ ਆ ਮਣਕਾ ਕੀ ਹੁੰਦਾ ਸੱਪ ਲੜੇ ਦਾ। ਜੇ ਤੁਹਾਨੂੰ ਜ਼ਹਿਰੀਲਾ ਸੱਪ ਲੜਿਆ ਵਾ ਤੇ ਤੁਹਾਡੀ ਮਣਕਾ ਕਿੱਥੋਂ ਜਾਨ ਬਚਾ ਦੂਗਾ। ਇਹ ਇੱਕ 10 ਗ੍ਰਾਮ ਦਾ ਮਣਕਾ ਵਾ, ਪੂਰੀ ਬਾਂਹ ਦੇ ਵਿੱਚ ਸੱਪ ਨੇ ਦੰਦੀ ਵੱਢੀ, 1.5-20 ਮਿੰਟ ਹੋ ਗਏ, ਪੂਰੀ ਬਾਂਹ ਸੁੱਜ ਗਈ, ਜ਼ਹਿਰ ਪੂਰੀ ਬਾਂਹ 'ਚ ਚੜ ਗਿਆ, ਮਣਕਾ ਤਾਂ ਵੀ ਜਾਨ ਕਿੱਥੋਂ ਬਚਾ ਦੂਗਾ। ਤੇ ਦੋਸਤੋ, ਮਣਕਾ ਪਲਾਂਟ ਹੁੰਦਾ, ਮਣਕਾ ਆਪ ਤਿਆਰ ਹੁੰਦਾ, ਇਹ ਪਾਣੀ 'ਚ ਬੁਲਬਲੇ ਮਾਰਦਾ। ਇਹ ਸਿਰਫ ਇਹਦੀ ਤਿਆਰ ਕਰਨ ਦੀ ਇੱਕ ਟੈਕਨੀਕ ਆ, ਇੱਕ ਵਿਧੀ ਆ। ਤੇ ਜੇ ਮਣਕਾ ਸੱਪ ਲੜੇ ਦਾ ਹੱਲ ਹੁੰਦਾ ਤੇ ਇਹਦੀ ਕੀਮਤ ਲੱਖਾਂ 'ਚ ਹੋਣੀ, ਜੋਗੀ ਤੁਹਾਨੂੰ 200-300 'ਚ ਮਣਕਾ ਨਾ ਦਿੰਦਾ। ਦੋਸਤੋ, ਹੁਣ ਆ ਜਾਂਦੀ ਆ ਹੱਥ ਜੋੜੀ। ਇਹ ਦੇਖੋ, ਇਹ ਚੀਜ਼ ਨੂੰ ਜੋਗੀ ਹੱਥ ਜੋੜੀ ਕਹਿੰਦੇ ਆ ਕਿ ਤੁਹਾਡਾ ਕਿਸੇ ਨਾਲ ਲੜਾਈ ਝਗੜਾ ਵਾ, ਕਿਸੇ ਨਾਲ ਕਲੇਸ਼ ਆ, ਤੁਸੀਂ ਆਹ ਚੀਜ਼ ਘਰ ਦੇ ਵਿੱਚ ਸੰਦੂਰ 'ਚ ਪਾ ਕੇ ਰੱਖ ਲਓ, ਲਾਚੀਆਂ ਦੇ ਵਿੱਚ, ਉਹ ਬੰਦਾ ਤੁਹਾਡੇ ਘਰ ਹੀ ਹੱਥ ਜੋੜੂਗਾ। ਇਹੋ ਜਿਹੀ ਚੀਜ਼ ਨਹੀਂ ਹੁੰਦੀ, ਇਹ ਸਿਰਫ ਉਹ ਸਿਰਫ ਚੀਜ਼ਾਂ ਇੱਕ ਪਲਾਂਟ ਹੁੰਦੀਆਂ, ਇੱਕ ਤਿਆਰ ਕੀਤੀਆਂ ਹੁੰਦੀਆਂ ਵਾ। ਗੁਰੂ ਘਰੇ ਜਾਂਦੇ ਜੇ ਉੱਥੇ ਮੱਥਾ ਟੇਕੋ, ਮੰਦਰ ਜਾਂਦੇ ਜੇ ਉੱਥੇ ਮੱਥਾ ਟੇਕੋ, ਜੇ ਕੋਈ ਦੋਸਤ ਮੇਰਾ ਚਰਚ ਜਾਂਦਾ ਉੱਥੇ ਮੱਥਾ ਟੇਕੋ, ਜੇ ਕੋਈ ਦੋਸਤ ਮੇਰਾ ਮੱਸੀ ਜਾਂਦਾ ਉੱਥੇ ਮੱਥਾ ਟੇਕੋ। ਇਹ ਫਰਾਉਣ ਬਾਬਿਆਂ ਤੋਂ ਥੋੜਾ ਜਿਹਾ ਬਚੋ। ਹੁਣ ਦੋਸਤੋ, ਅਸੀਂ ਤੁਹਾਨੂੰ ਗਿੱਦੜ ਸਿੰਘੀ ਬਾਰੇ ਵਿਖਾ ਰਹੇ ਹਾਂ ਕਿ ਜਿਹੜੀ ਕਹਿੰਦੇ ਆ ਕਿ ਗਿੱਦੜ ਸਿੰਘੀ ਹੋਏ, ਲੜਾਈ ਕਲੇਸ਼ ਘਰ 'ਚ ਨਹੀਂ ਹੁੰਦਾ, ਮਾਇਆ ਬਹੁਤ ਆਉਂਦੀ ਆ, ਬੜਾ ਕੁਝ ਹੁੰਦਾ ਵਾ, ਇਹੋ ਜਿਹੀ ਕੋਈ ਚੀਜ਼ ਨਹੀਂ ਹੁੰਦੀ। ਸਿਰਫ ਇੱਕ ਗਿੱਦੜ ਸਿੰਘੀ ਜਾਨਵਰ ਵਾ, ਆਹ ਇਹਦੇ 2 ਛੋਟੇ ਬੱਚੇ ਆ। ਇਹ ਹਰਿਦੁਆਰ ਤੋਂ ਜੋ ਦਰਜਨਾਂ ਦੇ ਹਿਸਾਬ ਨਾਲ ਚੀਜ਼ਾਂ ਮਿਲਦੀਆਂ ਵਾ, ਕਿਲੋਆਂ ਦੇ ਹਿਸਾਬ ਨਾਲ। ਜੋਗੀ ਇਹਨੂੰ ਕਿਸੇ ਨੂੰ 500 ਦੀ ਦੇ ਦਿੰਦਾ, ਕਿਸੇ ਨੂੰ 600 ਦੀ ਦੇ ਦਿੰਦਾ, ਕਿਸੇ ਨੂੰ 700 ਦੇ ਦਿੰਦਾ।
ਇਹ ਦੋਸਤੋ ਜਿਹੜੇ 4 ਪੀਸ ਆ ਇਹ ਵੱਧ ਤੋਂ ਵੱਧ 40-50 ਰੁਪਏ ਦੇ ਹੋਣਗੇ ਤੇ 10 ਰੁਪਏ ਦੀ ਇੱਕ ਪਲਾਸਟਿਕ ਦੀ ਡੱਬੀ ਲਾ ਲਓ ਇਹ 50 ਰੁਪਈਆਂ ਦੇ ਵਿੱਚ ਸਮਾਨ ਤਿਆਰ ਕਰਕੇ ਜੋਗੀ ਤੁਹਾਨੂੰ ਰੋਜ਼ 500-1000 ਚ ਦਿੰਦਾ ਤੁਹਾਨੂੰ ਨਹੀਂ ਦਿੰਦਾ ਕਈਆਂ ਨੂੰ ਦਿੰਦਾ ਵਾ ਪਤਾ ਕੀ ਦਿੱਕਤ ਆ ਅਸੀਂ ਜੋਗੀਆਂ ਨੂੰ ਮਾੜਾ ਕਹਿੰਦੇ ਆ ਠੀਕ ਆ ਜੋਗੀਆਂ ਨੇ ਮਨਕੇ ਦੀ ਸੱਚਾਈ ਨਹੀਂ ਦੱਸੀ ਇਹ ਚੀਜ਼ਾਂ ਦੀ ਸੱਚਾਈ ਨਹੀਂ ਦੱਸੀ ਪਰ ਆਮ ਲੋਕਾਂ ਨੇ ਜੋਗੀਆਂ ਨੇ ਕੀ ਕੀਤਾ ਮੇਰਾ ਸਵਾਲ ਆਮ ਲੋਕਾਂ ਲਈ ਆ ਜਨਤਾ ਲਈ ਆ ਅੱਜ ਤੋਂ 100 ਸਾਲ ਪਹਿਲਾਂ ਜੋਗੀਆਂ ਦੇ ਬੱਚੇ ਮੰਗ ਕੇ ਰੋਟੀ ਖਾਂਦੇ ਸੀ ਉਹ ਅੱਜ ਵੀ ਮੰਗ ਕੇ ਰੋਟੀ ਖਾ ਰਹੇ ਆ ਉਹਨਾਂ ਦੇ ਬੱਚਿਆਂ ਨੂੰ ਕਦੀ ਕਿਸੇ ਨੇ ਪ੍ਰਾਈਵੇਟ ਸਕੂਲ ਦੇ ਵਿੱਚ ਅੱਜ ਤੱਕ ਬਿਨਾਂ ਪੈਸਿਆਂ ਤੋਂ ਪੜ੍ਹਾਇਆ ਨਹੀਂ ਪੜ੍ਹਾਇਆ ਸਾਡੇ ਸਮਾਜ ਨੇ ਜੋਗੀਆਂ ਦੇ ਬਾਰੇ ਸੋਚਿਆ ਕੁਛ ਨਹੀਂ ਤੇ ਜੋਗੀ ਸਮਾਜ ਨੇ ਲੋਕਾਂ ਬਾਰੇ ਕੁਛ ਨਹੀਂ ਦੱਸਿਆ ਸਿਰਫ ਉਹਨਾਂ ਨੇ ਪਲਾਂਟ ਚੀਜ਼ਾਂ ਤਿਆਰ ਕਰ ਲਈਆਂ ਇਹੋ ਚੀਜ਼ਾਂ ਵਿਖਾ ਕੇ ਲੋਕਾਂ ਨੂੰ ਦੇ ਕੇ ਡੇਲੀ 1000-1500-2000 ਰੁਪਈਆ ਜੋਗੀ ਦਿਹਾੜੀ ਪਾਉਂਦੇ ਆ ਰੋਟੀ ਖਾ ਲੈਂਦੇ ਆ ਅਗਲੇ ਦਿਨ ਫਿਰ ਕਮਾ ਲੈਂਦੇ ਆ ਫਿਰ ਖਾ ਲੈਂਦੇ ਆ ਫਿਰ ਕਮਾ ਲੈਂਦੇ ਆ ਪਰ ਸਾਡੇ ਸਮਾਜ ਨੇ ਕਿਸੇ ਸਰਕਾਰ ਨੇ ਕਿਸੇ ਗੌਰਮੈਂਟ ਨੇ ਕਿਸੇ ਸਰਕਾਰੀ ਅਦਾਰੇ ਨੇ ਕਦੀ ਕਿਸੇ ਜੋਗੀ ਬਾਰੇ ਸੋਚਿਆ ਕਿ ਯਾਰ ਇਸ ਬੰਦੇ ਨੇ ਅੱਜ ਆਪਣੀ ਲਾਈਫ 'ਤੇ ਰਿਸਕ ਲੈ ਕੇ ਜ਼ਿਲ੍ਹੇ ਦੇ ਵਿੱਚ ਇੰਨੇ ਕੁ ਬੱਚੇ ਸੇਵ ਕੀਤੇ ਆ ਵੀ ਪੁੱਛੋ ਹੀ ਕੁੱਕ ਨਾ ਕਦੀ ਉਸ ਬੰਦੇ ਨੂੰ ਉਸ ਬੰਦੇ ਦਾ ਬਣਦਾ ਮਾਨ ਸਨਮਾਨ ਸਟੇਜ ਦੇ ਉੱਤੇ ਮਿਲਿਆ ਬਿਲਕੁਲ ਨਹੀਂ ਮਿਲਿਆ ਜੋਗੀ ਕੀ ਕਰਨ ਮੈਂ ਸੱਚ ਬੋਲਿਆ ਹਰ ਇੱਕ ਚੀਜ਼ਾਂ ਵਿਖਾਉਂਦਾ ਸਮਝਾਉਂਦਾ ਅੱਜ ਮੈਨੂੰ 22 ਸਾਲ ਹੋ ਗਏ ਯੂਟਿਊਬ 'ਤੇ ਵੀਡੀਓ ਪਾਉਂਦਿਆਂ ਨੂੰ ਮੈਨੂੰ ਯੂਟਿਊਬ ਵੱਲੋਂ 12 ਰੁਪਈਏ ਵੀ ਨਹੀਂ ਆਉਂਦੇ 10-10-20-20 ਰੁਪਈਏ ਦੀ ਚੀਜ਼ ਲੈਣ ਲੱਗਿਆ ਅਸੀਂ ਤਰਸਦੇ ਹਾਂ ਕਿ ਯਾਰ ਅੱਧਾ ਕਿਲੋ ਦੁੱਧ ਆ ਜਾਊਗਾ ਬੱਚੇ ਚਾਹ ਬਣਾ ਕੇ ਪੀ ਲੈਣਗੇ ਪਰ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਕਰਕੇ ਕੀ ਮਿਲਿਆ ਜੇ ਸਮਾਜ ਨੇ ਜੋਗੀਆਂ ਨੂੰ ਸਮਝਿਆ ਹੁੰਦਾ ਜੋਗੀਆਂ ਦੇ ਬੱਚਿਆਂ ਨੂੰ ਫ੍ਰੀ ਪੜ੍ਹਾਇਆ ਹੁੰਦਾ ਕਿਸੇ ਨੂੰ ਕੋਈ ਰੋਜ਼ਗਾਰ ਦਿੱਤਾ ਹੁੰਦਾ ਤੇ ਹੋ ਸਕਦਾ ਪੰਜਾਬ ਦੇ ਹਜ਼ਾਰਾਂ ਜੋਗੀ ਮੇਰੇ ਵਾਂਗੂ ਕੈਮਰੇ ਦੇ ਸਾਹਮਣੇ ਆਣ ਕੇ ਸੱਚ ਬੋਲਣ ਪਰ ਦੋਸਤੋ ਜੋਗੀਆਂ ਨੂੰ ਸਿਰਫ ਉਦੋਂ ਹੀ ਸੱਦਿਆ ਗਿਆ ਵਾ ਜਦੋਂ ਘਰ ਦੇ ਵਿੱਚ ਸੱਪ ਜਿਹੜੇ ਨਿਕਲਦੇ ਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਵਿਖਾਉਂਦਾ ਜਿਹਨੇ ਜੋਗੀ ਠੱਗੀ ਚੋਰੀ ਮਾਰਦੇ ਆ ਦੇਖੋ ਮੈਂ ਆਮ ਜਨਤਾ ਨੂੰ ਇਹੋ ਗੱਲ ਕਹਿਣੀ ਚਾਹੁੰਦਾ ਕਿ ਨਾ ਲੋਕਾਂ ਨੇ ਜੋਗੀਆਂ ਬਾਰੇ ਕੁਝ ਸੋਚਿਆ ਨਾ ਜੋਗੀਆਂ ਨੇ ਲੋਕਾਂ ਬਾਰੇ ਕੁਝ ਸੋਚਿਆ ਜੋਗੀਆਂ ਨੇ ਸਿਰਫ ਪਲਾਂਟ ਕਰਕੇ ਚੀਜ਼ਾਂ ਤਿਆਰ ਕਰ ਲਈਆਂ ਆਪਣੀ ਦਿਹਾੜੀ ਪਾਉਣ ਲਈ ਅੱਜ ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਵਿਖਾ ਰਿਹਾ ਜਿਹੜੇ ਜੋਗੀ ਠੱਗੀ ਠੋਰੀ ਮਾਰਦੇ ਆ ਤੇ ਲੋਕਾਂ ਦਾ ਨੁਕਸਾਨ ਹੁੰਦਾ ਆਓ ਜੀ ਇਹਦੇ ਵਿੱਚ ਇੱਕ ਚਾਵਲ ਦੇ ਦਾਣੇ ਜਿੰਨੀ ਪਿਪਲਾ ਮਿੰਟ ਪਈ ਆ ਇਹ ਦੇਖੋ ਜੋਗੀ ਕੀ ਕਰਦੇ ਆ ਇਸ ਤਰੀਕੇ ਨਾਲ ਪਿਪਲਾ ਮਿੰਟ ਪਾਉਂਦੇ ਆ ਤੇ ਹੁਣ ਅੱਖਾਂ 'ਚ ਪਾਉਣ ਲਈ ਉਹਨਾਂ ਨੇ ਦਾਰੂ ਕਿੱਦਾਂ ਤਿਆਰ ਕਰਨਾ ਅੱਜ ਤੁਹਾਨੂੰ ਅਸੀਂ ਆਪਣੇ ਚੈਨਲ ਨਾਗ ਕੇ ਬਾਈ ਸਪੇਸ ਬਿਲਕੁਲ ਨਹੀਂ ਦੇਣੀ ਤੇ ਲਾਈਵ ਚੱਲੀ ਟੈਲੀਕਾਸਟ ਦੇ ਨਾਲ ਇਹ ਚੀਜ਼ਾਂ ਕਰਕੇ ਦਿਖਾ ਰਹੇ ਆ ਜਿਹੜਾ ਕਿ ਕਿਸੇ ਵੀ ਯੂਟਿਊਬ ਚੈਨਲ ਵਾਲੇ ਨੇ ਤੁਹਾਨੂੰ ਅੱਜ ਤੱਕ ਨਹੀਂ ਦਿਖਾਇਆ ਇਹ ਦੇਖੋ ਇਹਨੇ ਇੱਕ ਪਾਣੀ ਦੀ ਸ਼ਕਲ ਲੈ ਲਈ ਇਸ ਤਰੀਕੇ ਨੇ ਇਹਨੂੰ ਕਰਕੇ ਖਾਲੀ ਟੀਕਾ ਡਾਕਟਰ ਕੋਲ ਲੈ ਕੇ ਤੇ ਇਸ ਤਰੀਕੇ ਨੇ ਇਹਨੂੰ ਹਿਲਾ ਲਈਦਾ ਠੀਕ ਆ ਜੀ ਉਸ ਤੋਂ ਬਾਅਦ ਜੋਗੀ ਇੱਥੇ ਢੱਕਣ ਲਾ ਲੈਂਦੇ ਆ ਜੋਗੀਆਂ ਕੋਲ ਤੁਸੀਂ ਅੱਖਾਂ 'ਚ ਪਾਉਣ ਲਈ ਦਾਰੂ ਮੰਗਦੇ ਜੇ ਠੀਕ ਆ ਜੀ ਜੋਗੀ ਤੁਹਾਨੂੰ ਆ ਸ਼ੀਸ਼ੀ ਦਿੰਦੇ ਆ ਉਹਨਾਂ ਨੇ ਕਹਿਣਾ ਭਗਦਾ ਢੱਕਣ ਖੋਲ ਤੁਸੀਂ ਢੱਕਣ ਖੋਲ ਲੈ ਐਂ ਕਰਨਾ ਵਿੱਚੋਂ ਕੁਛ ਨਹੀਂ ਨਿਕਲਣਾ ਪਰ ਮਾੜੇ ਜਿਹੇ ਸੁਰਮਜੂ ਪਾ ਕੇ ਜਦੋਂ ਤੁਸੀਂ ਅੱਖ 'ਚ ਪਾਉਣਾ ਤੁਹਾਡੀ ਪਾਉਂਦੇ ਆ ਸਾਰੀ ਅੱਖ ਠੰਡੀ ਦੋਸਤੋ ਪਿਪਲਾ ਮਿੰਟ ਦਾ ਕੰਮ ਹੁੰਦਾ ਚੀਜ਼ ਨੂੰ ਠੰਡਾ ਕਰਦਾ ਜਦੋਂ ਤੁਹਾਡੀ ਅੱਖ ਠੰਡੀ ਹੋ ਜਾਣੀ ਹੈ ਸਭ ਤੋਂ ਪਹਿਲਾਂ ਤੁਸੀਂ ਜੋਗੀ ਦੀ ਗੱਲ ਨੋਟ ਕਰਨੀ ਹੈ ਵੀ ਇੱਕ ਖਾਲੀ ਸ਼ੀਸ਼ੀ ਜਿਹਦੇ ਵਿੱਚ ਕੁਛ ਨਹੀਂ ਜੋਗੀ ਨੇ ਪੁੱਠੀ ਕਰਦੀ ਵਿੱਚੋਂ ਕੁਛ ਨਹੀਂ ਨਿਕਲਿਆ ਇਹਨੇ ਸੁਰਮਚੂ ਪਾਇਆ ਪਾਉਂਦੇ ਸਾਰ ਸਾਡੀ ਅੱਖ ਕਿੱਦਾਂ ਠੰਡੀ ਹੋ ਗਈ ਇਹਨੇ ਸੁਰਮਚੂ ਵੀ ਤੁਹਾਡੇ ਕੋਲ ਪਾਣੀ 'ਚੋਂ ਧਵਾ ਦੇਣਾ ਪਿਪਲਾ ਮਿੰਟ ਦਾ ਕੰਮ ਹੈ ਚੀਜ਼ ਠੰਡੀ ਕਰਨਾ ਇਹ ਜੋਗੀਆਂ ਦੀ ਦਾਰੂ ਵੇਚਣ ਦਾ ਇੱਕ ਠੱਗੀ ਚੋਰੀ ਆ ਜੋ ਕਿ ਜੋਗੀਆਂ ਨੂੰ ਨਹੀਂ ਕਰਨਾ ਚਾਹੀਦਾ ਇਹ 10 ਰੁਪਈਆਂ ਦੇ ਵਿੱਚ ਦੋਸਤੋ 500 ਸ਼ੀਸ਼ੀ ਤਿਆਰ ਹੁੰਦੀ ਆ ਕਿਸੇ ਨੂੰ 100 ਦੀ ਕਿਸੇ ਨੂੰ 50 ਦੀ ਕਿਸੇ ਨੂੰ 200 ਦੀ ਕਿਸੇ ਨੂੰ 500 ਦੀ ਦਿੰਦੇ ਆ ਹੁਣ ਮੇਰੇ ਦੋਸਤ ਅਕਸਰ ਹੀ ਮੈਨੂੰ ਪੁੱਛਦੇ ਆ ਕਿ ਉਹ ਇੱਕ ਲੱਕੜ ਦਿੰਦੇ ਆ ਬਾਬਾ ਜੀ ਅੱਖ 'ਚ ਪਾਉਣ ਲਈ ਉਹ ਲੱਕੜ ਕੀ ਹੁੰਦੀ ਆ ਅੱਜ ਅਸੀਂ ਤੁਹਾਨੂੰ ਲਾਈਵ ਉਹ ਲੱਕੜ ਦੀ ਜਾਣਕਾਰੀ ਦੇ ਰਹੇ ਹਾਂ ਜਿੱਦਾਂ ਕਿ ਤੁਸੀਂ ਮੇਰੇ ਹੱਥ ਦੇ ਵਿੱਚ ਇੱਕ ਲੱਕੜ ਦੇਖ ਰਹੇ ਜੇ ਦੋਸਤੋ ਇਹ ਰਾਂਗਣੀ ਦਾ ਤਣਾ ਠੀਕ ਆ ਜੀ ਇਹ ਚੀਜ਼ ਨੂੰ ਗਰਮ ਪਾਣੀ 'ਚ ਪਾ ਕੇ ਇੱਦਾਂ ਮਲ ਮਲ ਕੇ ਇਹਦਾ ਰੰਗ ਲਾ ਲੈਣਾ 15-20 ਮਿੰਟ ਲੱਗਣੇ ਆ ਕੋਸੇ ਪਾਣੀ 'ਚ ਪਾ ਕੇ ਰੰਗ ਲਾਉਂਦੇ ਆ 2-3 ਵਾਰੀ ਗਰਮ ਪਾਣੀ 'ਚ ਪਾਉਣੀ ਪੈਣੀ ਆ 1-2 ਵਾਰੀ ਇਹ ਚੀਜ਼ ਦਾ ਰੰਗ ਲੱਥ ਗਿਆ ਇਹਨੂੰ ਧੁੱਪ ਚੜਾ ਕੇ ਸੁਕਾ ਤਾ ਉਸ ਤੋਂ ਬਾਅਦ ਜੋ ਦੋਸਤੋ ਅਸੀਂ ਇਹ ਦਾਤਣ ਨੂੰ ਨਮਕ ਵਾਲੇ ਪਾਣੀ ਦੇ ਵਿੱਚ 15-20 ਮਿੰਟ ਭਿੱਜਾ ਰਹਿਣ ਦੇਣਾ
इस चीज नूं असीं कढ के सुका लेना। जो अभी तुहाडे महल्ले जाए तुसीं कहणा बाबा जी ओह ममीरा लक्कड़ दे जिहड़ी अख च पांदे जे, उहनां ने चाकू दे नाल तुहानूं इन्ना टोटा तोड़ के देता, तुसीं इहनूं रख लैणा, तुसीं इहनूं पानी वाले गलास भेणा, भेण के तुसीं इहदा अख च पाउणा। हुण मैनूं तुसीं दस्सो अख चों करतन कटूगी कि नहीं कटूगी, जिन्ने लूण वाला पानी चक्किया पहलों तुसीं अख च पाउणी है, दो तीन वारी ज्यादा लगनी है, लूण का असर घटी जाणा, उह घट करतन निकलनी आ। 15-20 दिन तो बाद जदों तुसीं भेण के पाउणी है तुहाडी अख च करतन नहीं निकलनी, तुहानूं लगणा तुहाडी अख की लाइट ठीक हो गई आ, लाइट वध गई आ। लाइट वधदी नहीं, इह चीज जिहड़ी आ इक धोखाधड़ी आ, फ्रॉड आ। ते दोस्तो हुण आ जाओ सप्पां ते। सिर्फ पंजाब दे आ दो सप्प जहरीले आ, एक कोबरा ते एक करैत। यह सप्प लड़िया 40 मिनट का टाइम जे जे डॉक्टर को समा रहिंदा इंजैक्शन मिल गए। यह सप्प लड़िया तो 2.5-3 घंटे का टाइम जे जे तुसी इंजैक्शन लवांदे जे तो जान बचूगी, नहीं तो तुहाडी डैथ हो जूगी। यह दो सप्प लड़े, तुसी जोगी को चले गए, जोगी ने इस तरीके ने फांडा करता, सप्प ने दंदी वड्डी आ, जोगी ने इस तरीके ने फांडा करता, फांडा करने नाल जहर जांदा कित्थे आ, सानू जरूर कमेंटां च दस्सिओ। यह मनका वा पूरी तुहाडी बांह दे विच जहर चढ़ चुकिया फनियर सप्प का, यह 10 ग्राम का मनका तुहाडी कितना जान बचाऊ, कह लो ऐसा मनका लग जांदा, लो असीं कित्थे मनका लाईआ, यह मनका वा कोई भी आ लो, हैलो हैलो हैलो, यह तुहानू साफ कर दिंदे आ कपड़े नाल, हैलो। हुण तुहानूं अज असीं मनका जोड़ के विखाउंदे आ, इत्थे जोड़िए, इत्थे जोड़िए, इत्थे जोड़िए, इत्थे जोड़िए, मूंह ते जोड़िए, मत्थे ते जोड़िए, कित्थे जोड़िए, आ लो आ मनका जे, ऐ लो। सप्प लड़दा ऐदां तुसीं मनका लवा के बैठे रहिंदे जे, जे सप्प बिना जहर वाला तुहाडी जान बच जाणी है, जे सप्प जहर वाला वा तां तुहाडी जिहड़ी मौत आ उह होणी होणी आ। मनका जोड़ना सिर्फ साडे हत्थ दी सफाई आ। जे जोगी पिपला मिंट तों ममीरा तैयार कर सकदा, रांगणी दातन तों अखां च पाउण लई ममीरा लक्कड़ तैयार कर सकदा, जे जोगी हत्थ जोड़ी ਦੇ ਕੇ ਤੁਹਾਨੂੰ ਕਹਿ ਸਕਦਾ ਕਿ ਤੁਹਾਡੇ ਦੁਸ਼ਮਣ ਤੁਹਾਡੇ ਘਰ ਹੱਥ ਜੋੜਨਗੇ, ਜੇ ਉਹ ਗਿੱਦੜ ਸਿੰਘ ਦੇ ਕੇ ਤੁਹਾਡੇ ਕੋਰਟ ਕਚਹਿਰੀ ਦੇ ਕੇਸ ਨਿਬੇੜ ਸਕਦਾ ਵਾ, ਤੇ ਫਿਰ ਤੁਸੀਂ ਕਿਉਂ ਨਹੀਂ ਸਮਝਦੇ ਕਿ ਮਨਕਾ ਵੀ ਪਲਾਂਟ ਆ ਵਾ। ਇਹ ਦੇਖੋ, ਇਹ ਲਓ, ਇਹ ਲਓ, ਇਹ ਲਓ, ਕਿੱਥੇ ਲਾਵਾਂ ਆਹ ਬਾਂਹ, ਦੇਖੋ ਮੇਰੀ ਆਹ ਮਨਕਾ ਇੱਥੋਂ ਲਾਇਆ, ਆਹ ਲਓ ਇਹ ਮਨਕਾ ਇੱਥੇ ਜੁੜ ਗਿਆ, ਇਹ ਲਓ ਇਹ ਲਓ। ਕੀ ਲੋਕਾਂ ਨੂੰ ਮੈਂ ਸੱਚ ਸਮਝਾਵਾਂ, ਕੀ ਮੈਂ ਲੋਕਾਂ ਨੂੰ ਵਿਖਾਵਾਂ। ਮੈਨੂੰ ਦੁੱਖ ਲੱਗਦਾ ਯਾਰ, ਮੈਂ ਸਵੇਰੇ ਸੁੱਤਾ ਨਹੀਂ ਉੱਠਿਆ, ਬੜੇ ਲੋਕ ਫੋਨ ਕਰਕੇ ਕਹਿੰਦੇ ਆ ਭਾਜੀ ਬੱਚੇ ਨੂੰ ਸੱਪ ਲੜਿਆ, ਅਸੀਂ ਦੇਸੀ ਦਵਾਈ ਦੇ ਚੱਕਰ 'ਚ ਪੈ ਗਏ, ਬੱਚੇ ਦੀ ਮੌਤ ਹੋ ਗਈ। ਮੈਂ ਸਿਰਫ ਉਹ ਸਿਰਫ ਸੱਚ ਬੋਲਣਾ ਪਸੰਦ ਕਰਦਾ। ਉਦੋਂ ਵੀ ਵੱਡੀ ਗੱਲ ਇਹ ਆ ਕਿ ਜੋਗੀਆਂ ਦੇ ਬਾਰੇ ਵੀ ਕੁਝ ਸੋਚੋ, ਜੋਗੀਆਂ ਨੂੰ ਵੀ ਕੋਈ 3 ਮਰਲੇ ਦਾ ਪਲਾਟ ਦਿਓ, ਕੋਈ ਜੋਗੀਆਂ ਦਾ ਵੀ ਘਰ ਆਪਣਾ ਹੋਏ, ਕੋਈ ਜੋਗੀਆਂ ਦੇ ਬੱਚੇ ਵੀ ਫ੍ਰੀ ਚੰਗੇ ਸਕੂਲ 'ਚ ਪੜ੍ਹਨ, ਅਤੇ ਜੋਗੀ ਸਮਾਜ ਵੀ ਤੁਹਾਡੇ ਬਾਰੇ ਸੋਚੇ। ਜੇ ਗੱਲਾਂ ਨਾਲ ਸਹਿਮਤ ਜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ, ਖਾਸ ਕਰਕੇ ਆਪਣੇ ਯਾਰਾਂ ਦੋਸਤਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰਿਓ, ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ, ਕਿਉਂਕਿ ਇਹ ਵੀਡੀਓ ਹਰ ਇੱਕ ਪੰਜਾਬ ਦੇ ਬੰਦੇ ਲਈ ਬੜੀ ਕੰਮ ਦੀ ਆ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ, ਜੈ ਸ਼ੰਕਰ, ਜੈ ਨਾਗ ਦੇਵਤਾ।